ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਅਟਾਰਨੀ ਐਟ ਲਾ ਜਿਹੜਾ ਹਰ ਵੀਕ ਅਸੀਂ ਯੂਐਸ ਇਮੀਗ੍ਰੇਸ਼ਨ ਤੇ ਪ੍ਰੋਗਰਾਮ ਕਰਦੇ ਆ ਜਿਹਦੇ ਵਿੱਚ ਅਸੀਂ ਕਿ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਮੇਨ ਖਬਰਾਂ ਹੁੰਦੀਆਂ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਆ ਉਹ ਅਸੀਂ ਹੁਣ ਹਫ਼ਤੇ 'ਚ ਦੋ ਵਾਰੀ ਕਰਿਆ ਕਰਾਂਗੇ ਇੱਕ ਵਾਰ ਦੀ ਬਜਾਏ ਤੇ ਉਹਦੇ ਨਾਲ ਨਾਲ ਇੱਕ ਸੈਗਮੈਂਟ ਉਹਦੇ 'ਚ ਅਮਰੀਕਨ ਪੋਲਿਟਿਕਸ ਦਾ ਵੀ ਹੋਏਗਾ ਸਾਨੂੰ ਕਾਫੀ ਲੋਕਾਂ ਦੀ ਪ੍ਰਜ਼ੋਰ ਮੰਗ ਆ ਕਿ ਜਿਹੜਾ ਪ੍ਰੋਗਰਾਮ ਹੈ ਇਹ ਤੁਸੀਂ ਵੀਕ ਦੇ ਵਿੱਚ ਘੱਟੋ ਘੱਟ ਦੋ ਵਾਰੀ ਕਰੋ ਤੇ ਇਹਦੇ ਨਾਲ-ਨਾਲ ਜਿਹੜੇ ਅਮਰੀਕਨ ਸਿਆਸਤ ਆ ਅਮਰੀਕਨ ਪੋਲਿਟਿਕਸ ਆ ਖਾਸ ਕਰਕੇ ਤੁਹਾਨੂੰ ਪਤਾ ਹੈ ਕਿ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹਦੀ ਇਲੈਕਸ਼ਨ ਹੋਣ ਜਾ ਰਹੀ ਹੈ ਨਵੰਬਰ ਚ ਤੇ ਉਹਦੇ ਜਿਹੜੇ ਦੋ ਕੈਂਡੀਡੇਟ ਨੇ ਇੱਕ ਪਾਸੇ ਪ੍ਰੈਜ਼ੀਡੈਂਟ 트ੰਪ ਨੇ ਇੱਕ ਪਾਸੇ ਕਮਲਾ ਹੈਰਿਸ ਨੇ ਵੀ ਇਹਨਾਂ ਦੇ ਜਿਹੜੇ ਪਾਲਿਸੀ ਦੇ ਉੱਤੇ ਕੀ ਡਿਫਰੈਂਸਸ ਨੇ ਖਾਸ ਕਰਕੇ ਜਿਵੇਂ ਇਮੀਗ੍ਰੇਸ਼ਨ ਦੀ ਪਾਲਿਸੀ ਹੋਗੀ ਟੈਕਸੇਸ਼ਨ ਦੀ ਪਾਲਿਸੀ ਹੋਗੀ ਜਿਹੜੇ ਵੈਲਫੇਅਰ ਪ੍ਰੋਗਰਾਮ ਹੁੰਦੇ ਨੇ ਜਿਵੇਂ ਮੈਡੀਕਲ ਮੈਡੀਕੇਅਰ ਵਗੈਰਾ ਇਹਦੀ ਪਾਲਿਸੀ ਹੋਗੀ ਰਾਈਟ ਟੂ ਚੂਸ ਜਿਹੜਾ ਵੂਮਨ ਦਾ ਹੈਗਾ ਬੋਰਸ਼ਨ ਉਹਦੀ ਪਾਲਿਸੀ ਹੋ ਗਈ ਇਹਦੇ ਨਾਲ ਨਾਲ ਜਿਹੜੀ ਇਕਨੋਮੀ ਆ ਉਹਦੇ ਬਾਰੇ ਜਿਹੜੀਆਂ ਬੈਟਲ ਗ੍ਰਾਉਂਡ ਸਟੇਟਾਂ ਨੇ ਉਹਦੀ ਕੀ ਪੋਜੀਸ਼ਨ ਆ ਸੋ ਇਹਦੇ ਬਾਰੇ ਜਿਆਦਾ ਜਾਣਕਾਰੀ ਜਿਹੜੀ ਆ ਉਹ ਕਾਫੀ ਲੋਕ ਚਾਹੁੰਦੇ ਆ ਕਿਉਂਕਿ ਮੈਂ ਅਮਰੀਕਨ ਪੋਲਿਟਿਕਸ ਦੇ ਵਿੱਚ ਇਨ ਟੱਚ ਵੀ ਹੈਗਾ ਤੇ ਉਹਦੇ ਕਰਕੇ ਮੇਰਾ ਇਹ ਫਰਜ਼ ਮੰਨਦਾ ਕਿ ਅਗਲੇ ਜਿਹੜੇ ਇਲੈਕਸ਼ਨ ਤੱਕ ਮੈਂ ਤੁਹਾਨੂੰ ਇਹਦੀ ਅਪਡੇਟ ਦਵਾ ਤੇ ਜੇ ਉਸ ਤੋਂ ਬਾਅਦ ਵੀ ਜਾਰੀ ਰੱਖਾਂਗੇ ਪਰ ਇਲੈਕਸ਼ਨ ਤੱਕ ਤਾਂ ਅਪਡੇਟ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੇ ਬਾਈ ਵੀਕਲੀ ਇਹ ਪ੍ਰੋਗਰਾਮ ਹੋਏਗਾ ਜਿਹਦੇ ਵਿੱਚ ਕਿ ਅਸੀਂ ਇੱਕ ਸੈਗਮੈਂਟ ਜਿਹੜਾ ਅਮਰੀਕਨ ਪੋਰਟਿਕਸ ਦਾ ਹੋਏਗਾ ਤੇ ਦੂਜਾ ਸੈਗਮੈਂਟ ਜਿਹੜਾ ਅਸੀਂ ਰੈਗੂਲਰ ਕਰਦੇ ਆ ਅਮਰੀਕਨ ਇਮੀਗ੍ਰੇਸ਼ਨ ਦੀਆਂ ਅਪਡੇਟ ਤੁਹਾਡੇ ਸਵਾਲਾਂ ਦੇ ਜਵਾਬ ਉਹ ਹੋਣਗੇ ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਹਰ ਹਫਤੇ ਦੋ ਐਪੀਸੋਡ ਅਸੀਂ ਇਸ ਪ੍ਰੋਗਰਾਮ ਦੇ ਕਰਿਆ ਕਰਾਂਗੇ ਸਸਿਕਾ ਜੀ ਸਾਰੇ